ਕਵੀ ਸ਼ਬਦ ਨੇ ਲਿਖਿਆ ਸੰਧੂ ਨਾਰੰਗ ਢਿੱਲੋਂ ਰੰਧਾਵੇ ਜੱਟ ਖੱਤਰੀ ਕੁਝ ਨਹੀਂ ਲਿਖਿਆ ਇੱਥੇ ਲਿਖਿਆ ਅਵਲ ਅੱਲਾ ਕੁਦਰਤ ਕੇ ਇੱਕ ਨੂਰ ਤੇ ਸਭ ਜਗ ਉਪਜਿਆ ਦੁਨੀਆਂ ਤੇ ਲੋਕੋ ਕੌਣ ਭਲੇ ਇੱਕ ਦੀ ਔਲਾਦਾ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣ ਹਾਰਾ ਸਾਰਿਆਂ ਦੇ ਵਿੱਚ ਕੋਈ ਵਰਤ ਰਿਹਾ ਏ ਮਾਨਸ ਕੀ ਜਾਤ ਸਭੇ ਕਿਧਰ ਗਈਆਂ ਗੱਲਾਂ 300 ਸਾਲ ਹੋਏ ਜਦੋਂ ਤੁਹਾਨੂੰ ਪਿਓ ਨੇ ਦ੍ਰਿੜ ਕਰਾਇਆ ਦੁਨੀਆਂ ਦੇ ਲੋਕੋ ਕੋਈ ਵੀ ਦੂਸਰਾ ਨਹੀਂ ਇੱਕ ਪਿਓ ਦੀ ਔਲਾਦ ਆ ਹਿੰਦੂ ਮੁਸਲਮਾਨ ਈਸਾਈ ਸਿੱਖ ਇੱਕ ਨੂਰ ਚੋਂ ਪੈਦਾ ਹੋਏ ਨੇ ਮਗਰ ਅੱਜ ਕਿਧਰ ਨੂੰ ਗੱਲ ਤੁਰ ਪਈ ਵੋਟਾਂ ਵਾਲਿਆਂ ਨੂੰ ਚਾਹੀਦਾ ਆਖੋ ਵਾਹਿਗੁਰੂ ਰਾਜਨੀਤਿਕ ਚਾਹ ਰਹੇ ਨੇ ਰਿਜ਼ਰਵ ਸਰਪੰਚੀ ਦੇ ਕੇ ਕਿ ਇਹ ਜਾਤ ਪਾਤੀਆਂ ਵੰਡੀਆਂ ਵਧਣ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਵੰਡਾਂਗੇ ਤੇ ਰਾਜ ਕਰਾਂਗੇ ਆਖੋ ਵਾਹਿਗੁਰੂ ਮਗਰ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਆਵਾਜ਼ ਦਿੰਦਾ ਜੇ ਏਕ ਪਿਤਾ ਇੱਕ ਦੀ ਤੁਸੀਂ ਔਲਾਦ ਹੋ ਲੋਕੋ ਸਮਝ ਜੋਗੇ ਤੇ ਤੁਹਾਡਾ ਭਲਾ ਹੋ ਜੂ ਖੈਰ ਮੈਂ ਇਹ ਬਚਨ ਕਰ ਰਿਹਾ ਸਾਂ ਭਾਈ ਰੰਗਰੇਟੇ ਨੂੰ ਮੇਰੇ ਸਤਿਗੁਰੂ ਨੇ ਕਲੇਜੇ ਨਾਲ ਲਾ ਕੇ ਆਖਿਆ ਰੰਗਰੇਟੇ ਗੁਰੂ ਕੇ ਬੇਟੇ ਮੱਥਾ ਚੁੰਮ ਕੇ ਆਖਿਆ ਪੁੱਤਰਾ ਤੈਨੂੰ ਕੋਈ ਰਾਜ ਮਿਲਿਆ ਆਖੋ ਵਾਹਿਗੁਰੂ ਪੀਰ ਦੇ ਸਨਾਹ ਦੇ ਵਿੱਚ ਇੰਨੀ ਪਾਵਰ ਆ ਵੀ ਸਤਿਗੁਰੂ ਨੇ ਪੁੱਛਿਆ ਤੈਨੂੰ ਕੋਈ ਰਾਹ ਵਿੱਚ ਮਿਲਿਆ ਤੇ ਭਾਈ ਜੈਤੇ ਨੇ ਆਖਿਆ ਮਹਾਰਾਜ ਹੋਰ ਤੇ ਕੋਈ ਨਹੀਂ ਮਿਲਿਆ 115 ਸਾਲ ਦਾ ਇੱਕ ਬਜ਼ੁਰਗ ਮੁਸਲਮਾਨ ਫਕੀਰ ਮਿਲਿਆ ਉਹਨੇ ਕੋਈ ਮੇਰੇ ਲਈ ਸੁਨੇਹਾ ਦਿੱਤਾ ਆਖੋ ਵਾਹਿਗੁਰੂ ਢਿੱਲੇ ਪੈ ਗਏ ਹੋ ਵਾਹਿਗੁਰੂ 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 ਭਰ ਲਓ ਅੰਦਰ ਵਾਹ ਵਾਹਿਗੁਰੂ ਵਾਹਿਗੁਰੂ ਚਿਰ ਦਾ ਉਡੀਕਦਾ ਵਾਂ ਤੇ ਮੈਨੂੰ ਮਹਾਰਾਜ 115 ਸਾਲ ਦੀ ਮੇਰੀ ਉਮਰ ਆ ਤੇ 5 ਸਾਲ ਦਾ ਸੁਨੇਹਾ ਮਿਲਿਆ ਸੀ ਵੀ ਤੇਰਾ ਕੋਈ ਪੂਰਾ ਭਲਾ ਕਰਨ ਆਊਗਾ ਤੇ ਮੈਂ ਉਦੋਂ ਦਾ ਉਡੀਕਦਾ ਵਾਂ ਇਹ ਗੁਰੂ ਤੇਗ ਬਹਾਦਰ ਦੀ ਰਾਤ ਉਹਨੇ ਸੇਵਾ ਕੀਤੀ ਤੇ ਤੁਹਾਨੂੰ ਉਡੀਕਦਾ ਜੇ ਤੁਸੀਂ ਉਹਨੂੰ ਦਰਸ਼ਨ ਦਿਓ 10 ਸਾਲ ਤੋਂ 19 ਸਾਲ ਦੀ ਸਤਿਗੁਰੂ ਦੀ ਉਮਰ ਹੋ ਗਈ 9 ਸਾਲ ਬੀਤ ਗਏ ਆਖੋ ਵਾਹਿਗੁਰੂ ਜਦੋਂ ਪੌਂਟਾ ਸਾਹਿਬ ਤੋਂ ਮੁੜ ਕੇ ਆਇਆ ਨਾ ਮੇਰਾ ਸਤਿਗੁਰੂ ਭੰਗਾਣੀ ਦਾ ਜੰਗ ਜਿੱਤ ਕੇ ਤੇ ਚੰਡੀਗੜ੍ਹ ਦੇ ਕੋਲ ਇੱਕ ਗੁਰਦੁਆਰਾ ਵਾ ਬੌਲੀ ਸਾਹਿਬ ਉੱਥੋਂ ਤੁਰਨ ਲੱਗੇ ਅਨੰਦਪੁਰ ਸਾਹਿਬ ਨੂੰ ਤੇ ਸਾਹਿਬ ਨੇ ਜੁੱਤੀ ਲਾ ਲਈ ਇਹਨੂੰ ਕਹਿੰਦਾ ਜੇ ਪਿਆਰਿਆਂ ਨਾਲ ਪਿਆਰ ਕਰਨ ਵਾਲਾ ਆਖੋ ਵਾਹਿਗੁਰੂ ਜਿਨ ਪ੍ਰੇਮ ਕੀਓ ਗੋਬਿੰਦ ਭਾਓ ਭਗਤ ਦਾ ਭੁੱਖਾ ਇਹ ਵੀ ਪਤਾ ਹੈ ਕਿ ਪੀਰ ਜੀ ਨੇ ਮੈਨੂੰ ਕੋਈ ਭੇਟਾ ਨਹੀਂ ਦੇਣੀ ਪ੍ਰੇਮ ਦੀ ਭੇਟਾ ਪ੍ਰੇਮ ਦੀ ਭੇਟਾ ਪ੍ਰੇਮ ਦੀ ਇਹ ਵੀ ਪਤਾ ਹੈ ਕਿ ਪੀਰ ਜੀ ਕੋਲ ਮੈਨੂੰ ਦੇਣ ਨੂੰ ਕੁਝ ਨਹੀਂ ਹੈਗਾ ਮਗਰ ਜੁੱਤੀ ਲਾ ਲਈ ਮੇਰੀ ਸਰਕਾਰ ਨੇ ਤੇ ਨੰਗੇ ਪੈਰੀ ਬੋਲੀ ਸਭੋ ਇਸ ਬਜ਼ੁਰਗ ਫਕੀਰ ਦੀ ਕੁੜੀਆ 'ਚ ਆ ਗਏ ਆਣ ਕੇ ਬਜ਼ੁਰਗ ਫਕੀਰ ਨੂੰ ਗੱਲ ਨਾ ਲਾਇਆ ਜਿਹੜਾ ਪੜ੍ਹ ਰਿਹਾ ਸੀ ਮਨ ਬੈਰਾਗ ਪਿਆ ਮਨ ਬੈਰਾਗ ਪਿਆ ਮਨ ਬੈ ਸਾਰੇ ਪੜ੍ਹੋ ਹਾਂ ਚਲੋ ਅੱਜ ਇਹ ਵੀ ਦਾਤੇ ਕੋਲੋਂ ਮੰਗ ਲੈਂਦੇ ਸਾਹਿਬਾ ਜਿਸ ਤਰ੍ਹਾਂ ਤੂੰ ਉਹਦੀ ਕੁੜੀਆ 'ਚ ਆ ਗਏ ਹੋ ਤੇਜੇ ਵੇਲੇ ਵੀ ਆ ਜਾ ਸਾਡੇ ਵੀ ਘਰ ਆਣ ਕੇ ਸਾਨੂੰ ਦੀਦਾਰ ਦੇ ਦੇ ਜਿਸ ਤਰ੍ਹਾਂ ਉਹਨੇ ਗਾਇਆ ਤੇ ਤੂੰ ਉਹਦੀ ਕੁੜੀਆ 'ਚ ਆ ਗਏ ਹੋ ਸਾਹਿਬਾ ਅਸੀਂ ਵੀ ਤਰਲਾ ਪਾਉਂਦੇ ਹਾਂ ਮਨ ਵੈਰਾਗ ਪਿਆ ਮਨ ਵੈਰਾਗ ਪਿਆ ਮਨ ਵੈ ਦਰਸ਼ਨ ਦੇਖਣੇ ਕਾ ਚਾਓ ਦਰਸ਼ਨ ਦੇਖਣੇ ਕਾ ਚਾਓ ਦਰਸ਼ਨ ਤਰਲੇ ਪਾਏ ਤਰਲੇ ਸਾਹਿਬਾ ਕਦੀ ਆਣ ਕੇ ਦੀਦਾਰ ਦੇ ਤੇ ਜੇ ਤਰਲੇ ਪਾਏ ਤੇ ਅੱਜ ਆ ਗਿਆ ਉਹਦੀ ਕੁੜੀਆ 'ਚ ਜਦੋਂ ਚਰਨ ਰੱਖੇ ਨਾ ਮੇਰੇ 19 ਸਾਲ ਦੇ ਸਤਿਗੁਰੂ ਨੇ ਚਿੱਟੀ ਹੀਰਿਆਂ ਦੀ ਕਲਗੀ ਮੜੀ ਮੋਢੇ ਉੱਤੇ ਚਿੱਟਾ ਬਾਜ ਬੈਠਾ ਮੀਰੀ ਪੀਰੀ ਦੀਆਂ 2 ਤਲਵਾਰਾਂ ਨੀਲੇ ਘੋੜੇ ਦੀ ਰਕਾਬ ਹੱਥ ਵਿੱਚ ਫੜੀ ਲਗਾਮ ਤੇ ਜਾ ਕੇ ਪੀਰ ਦੇ ਬੂਹੇ ਅੱਗੇ ਆਖਿਆ ਪੀਰ ਜੀ ਅਸੀਂ ਆ ਗਏ 9 ਸਾਲ ਬਾਅਦ ਅੱਜ ਪੀਰ ਉੱਠਿਆ ਤੇ ਮੇਰੇ ਸਤਿਗੁਰੂ ਦੀ ਆਵਾਜ਼ ਪਛਾਣੀ ਅੰਦਰਲੀ ਰੂਹਾਨੀਅਤ ਦੀ ਆਵਾਜ਼ ਪਛਾਣ ਕੇ ਭੱਜ ਕੇ ਗੱਲ ਨਾਲ ਲੱਗਣ ਲੱਗਾ ਤੇ ਪੈਰਾਂ ਤੇ ਡਿੱਗ ਪਿਆ ਮੇਰੇ ਸਤਿਗੁਰੂ ਨੇ ਚੁੱਕਿਆ ਗੱਲ ਨਾਲ ਲਾ ਲਿਆ ਆਖਿਆ ਪੀਰ ਜੀ ਇੰਨੇ ਸਾਲ ਤੋਂ ਯਾਦ ਕਰਦੇ ਹੋ ਦੱਸੋ ਕੀ ਚਾਹੀਦਾ ਆਖੋ ਵਾਹਿਗੁਰੂ ਜਿਹੜਾ ਗੱਜ ਕੇ ਬੋਲੋ ਨਾ ਕੀ ਚਾਹੀਦਾ ਹੈ ਤੇ ਪੀਰ ਨੇ ਹੱਥ ਜੋੜ ਕੇ ਇਸ ਤਰ੍ਹਾਂ ਚਿੱਟਾ ਦਾੜਾ ਆਪਣਾ ਹੱਥ 'ਚ ਫੜ ਕੇ
ਪਰਵੱਟੇ ਤਾਂ ਚੁੱਕ ਕੇ ਇੱਕ ਹੱਥ ਦੇ ਨਾਲ ਆਖਿਆ ਅੱਜ ਤੇਰੇ ਦੀਦਾਰ ਹੋ ਗਏ, ਹੋਰ ਤੇ ਕੁਝ ਚਾਹੀਦਾ ਨਹੀਂ ਪੀਰ ਜੀ, ਕੁਝ ਮੰਗੋ। ਬਾਬਾ ਨਾਨਕ ਕਹਿ ਰਿਹਾ ਕੁਝ ਮੰਗੋ। ਤੇ ਫਿਰ ਪੀਰ ਨੇ ਆਖਿਆ, ਸਤਿਗੁਰੂ ਦਰਗਾਹ ਦੇ ਵਿੱਚ ਇੱਕ ਪੀੜੇ ਜੋਗੀ ਜਗ੍ਹਾ ਆਪਣੇ ਚਰਨਾਂ 'ਚ ਦੇ ਦੀ, ਤੁਸੀਂ ਵੀ ਇਹੋ ਹੀ ਮੰਗਿਓ। ਪੁੱਤ ਧੀਆਂ ਇਹ ਕੁਟੁੰਬ ਤੁਝੇ ਦੇਖਦਾ ਚੱਲੇ ਨਾ ਹੀ ਤੇਰੇ ਸਾਥ ਤੇਰੇ, ਇਸ ਨਾਲ ਕਿਉਂ ਜੈ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰੇ, ਗੁਰ ਮੇਰੇ ਸੰਗ। ਕੋਈ ਪੁੱਤ ਨਾਲ ਨਹੀਂ ਜੇ ਸਦਾ ਨਾਲ ਰਹਿਣਾ, ਕੋਈ ਧੀ ਕੋਈ ਔਰਤ ਕੋਈ ਪਵਿੱਤਰ ਕੋਈ ਨਹੀਂ ਨਾਲ ਜਾਣਾ, ਗੁਰੂ ਨੇ ਨਾਲ ਜਾਣਾ ਹੈ, ਮੰਗ ਲਿਓ। ਆਖ ਲੱਗੇ ਇੱਕ ਪੀੜੇ ਜੋਗੀ ਜਗ੍ਹਾ ਦੇ ਦਿਓ। ਮੇਰੇ ਸਤਿਗੁਰੂ ਨੇ ਕਲਮ ਤੇ ਦਵਾਤ ਮੰਗਾਈ, ਆਖੋ ਵਾਹਿਗੁਰੂ। ਕਹਿਣ ਲੱਗੇ ਪੀਰ ਜੀ ਆ ਕੁਟੀਆ ਦੇ ਵਿੱਚ ਕਿੰਨੀ ਕੁ ਜਗ੍ਹਾ ਜਿੱਥੇ ਗੁਰੂ ਤੇਗ ਬਹਾਦਰ ਦਾ ਸੀਸ ਰੱਖਿਆ ਸੀ। ਮਹਾਰਾਜ ਨਿੱਕੀ ਜੀ ਕੁਟੀਆ ਹੈ। ਕਹਿਣ ਲੱਗੇ ਜੇ ਨਿੱਕੀ ਜੀ ਕੁਟੀਆ ਬਾਪੂ ਨੂੰ ਦੇ ਦਿੱਤੀ ਸੀ ਨਾ ਤੇਗ ਬਹਾਦਰ ਪਾਤਸ਼ਾਹ ਨੂੰ, ਤੇ ਤੁਸੀਂ ਚਰਨਾਂ 'ਚ ਇੱਕ ਪੀੜੇ ਜੋਗੀ ਜਗ੍ਹਾ ਮੰਗੀ ਹੈ ਨਾ ਦਰਗਾਹ 'ਚ, ਕਲਮ ਨਾਲ ਲਿਖ ਕੇ ਦੇ ਦਿੱਤਾ, ਦਰਗਾਹ ਹੀ ਤੁਹਾਡੇ ਨਾਂ ਲਾ ਦਿੱਤੀ, ਦਰਗਾਹ ਦੇ ਮਾਲਕ ਬਣਾ ਤਾ। ਜੋ ਕਿ ਸਿੱਖੋ ਜਾਇਓ ਉਸ ਸਥਾਨ ਦੇ ਉੱਤੇ, ਉਸ ਪੀਰ ਦੀ ਕਬਰ ਵੀ ਸਾਹਮਣੇ ਬਣੀ ਆ, ਤੇ ਨਾਂ ਵੇਖਿਓ ਉਹਦੇ ਪੀਰ ਦਾ, ਨਾਮ ਜੇ ਪੀਰ ਦਰਗਾਹੀ ਮੱਲ, ਪੀਰ ਦਰਗਾਹੀ ਮੱਲ ਦੀ, ਦਰਗਾਹੀ ਨਾਂ ਲਾਤੀ ਉਹਦੇ। ਤੁਸੀਂ ਵੀ ਕਦੀ ਇਹਦੇ ਨਾਲ ਪਿਆਰ ਕਰਕੇ ਵੇਖੋ। ਸਾਈ ਦਾਸ ਨੇ ਕਿਹਾ ਸੀ ਇਹ ਮੇਰਾ ਘਰ ਤੁਹਾਡਾ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸਾਈ ਦਾਸ ਕਿੰਨਾ ਕੁ ਵੱਡਾ ਤੇਰਾ ਘਰ ਆ। ਕਹਿਣ ਲੱਗੇ ਜੀ ਆ ਦੋ ਕੁ ਮਰਲੇ ਦਾ ਘਰ ਆ। ਸਾਹਿਬ ਕਹਿਣ ਲੱਗੇ ਦੋ ਮਰਲੇ ਦੇ ਘਰ ਨੂੰ ਕਹਿੰਦਾ ਮੇਰਾ ਘਰ ਆ, ਤੇ ਚੰਗਾ ਫਿਰ ਪੁੱਤਰਾ ਜੇ ਸਾਂਢੂ ਲੱਗਦੇ ਸੀ ਸਾਹਿਬ। ਆਖਣ ਲੱਗੇ ਸਾਈ ਦਾਸ ਜੇ ਤੂੰ ਆਖਿਆ ਨਾ ਮੇਰਾ ਘਰ ਆ, ਤੇ ਚੰਗਾ ਜੇ ਤੂੰ ਆਪਣੇ ਘਰ ਨੂੰ ਮੇਰਾ ਘਰ ਕਹਿਤਾ, ਤੇ ਮੈਂ ਆਪਣੇ ਘਰ ਨੂੰ ਤੇਰਾ ਘਰ ਕਹਿਣਾ, ਤੇਰਾ ਘਰ ਮੇਰਾ ਘਰ ਤੇ ਮੇਰਾ ਘਰ। ਤੁਸੀਂ ਬਣ ਕੇ ਦੇ ਵੇਖੋ, ਇੱਧਰ ਉੱਧਰ ਖੀਰਾਂ ਲੈ ਕੇ ਨਾ ਤੁਰਿਆ ਕਰੋ। ਮੇਰੀ ਹੱਥ ਜੁੜ ਕੇ ਬੇਨਤੀ, ਹੁਣ ਮੈਂ ਬਚਨ ਉਹ ਕਰਨ ਲੱਗਾ ਜਿਸ ਵੱਖਰ ਕੋ, ਫਿਰ ਬੋਲਣਾ ਜਿਸ ਵੱਖਰ ਬਣੇ ਹੁੰਦਾ ਜੇ ਸੌਦਾ ਵੱਖਰ ਬਣੇ, ਜਿਹੜਾ ਸੌਦਾ ਮੇਰੀ ਉਹ ਧੀਓ ਆਪਾਂ ਮਨੁੱਖਾ ਜਨਮ 'ਚ ਲੈਣ ਆਏ ਹਾਂ, ਵੀਰੋ ਸੌਦਾ ਲੈਣ ਆਏ ਹਾਂ, ਉਹ ਸੌਦੇ ਦਾ ਨਾਂ ਨਾ ਭੁੱਲ ਜਾਇਓ, ਰਾਮ ਨਾਮ ਕੀ ਜੀ ਭਈ ਪ੍ਰਾਪਤ ਗੋਬਿੰਦ ਮਿਲਣ ਕੀ ਲੈਣ ਆਇਆ ਹੈ। ਗੋਬਿੰਦ ਜਨਮ ਵਿੱਚ ਲੈ ਕੇ ਗੋਬਿੰਦ ਦੀ ਪ੍ਰਾਪਤੀ ਤੇ ਕਿਤਨਾ ਮਿਲੂਗੀ, ਅਵਰ ਕਾਜ ਤੇਰੇ ਕਿਤਨਾ ਮਿਲੂ, ਸਮਾਧੀਆਂ ਲਾਇਆ ਜਾਂ ਬਾਬਿਆਂ ਦੇ ਪਿੱਛੇ ਦੌੜਿਆ, ਨਹੀਂ ਨਹੀਂ ਨਹੀਂ, ਅੱਜ ਇੱਥੇ ਬੈਠੇ ਹੋ ਮਿਲ ਸਾਧ ਸੰਗਤ ਭਜ, ਫਿਰ ਬੋਲੋ ਮਿਲ ਸਾਧ ਸੰਗਤ ਭਜ, ਰਾਮ ਨਾਮ ਸੰਤਨ ਘਰ ਪਾਇਆ, ਸੰਤਨ ਆ ਜੇ ਸੰਤਾਂ ਦਾ ਘਰ, ਇਹ ਜੇ ਸਤਸੰਗ।